ਕਣਕ ਅਤੇ ਝੋਨੇ ਦੇ ਫਸਲੀ ਚੱਕਰ ਦੇ ਵਿੱਚੋਂ ਨਿਕਲ ਕੇ ਬਦਲਵੀਂ ਖੇਤੀ ਅਪਣਾਉਣ ਵਾਲੇ ਸਫਲ ਕਿਸਾਨ ਦੇ ਅੱਜ ਖੇਤੀਬਾੜੀ ਯੂਨੀਵਰਸਿਟੀ ਤੱਕ ਚਰਚੇ ਨੇ। ਇਸ ਕਿਸਾਨ ਦੇ ਵੱਲੋਂ ਉਗਾਈ ਗਈ ਸਬਜ਼ੀਆਂ ਦੀ ਪਨੀਰੀ ਪੰਜਾਬ, ਹਰਿਆਣਾ, ਰਾਜਸਥਾਨ ਸੂਬਿਆਂ ਦੇ ਵਿੱਚ ਜਾਂਦੀ ਹੈ ਅਤੇ ਇਹ ਕਿਸਾਨ ਕਰਜ਼ਾ ਮੁਕਤ ਹੋ ਗਿਆ ਅਤੇ 25 ਲੱਖ ਰੁਪਏ ਤੱਕ ਦੀ ਕਮਾਈ ਕਰ ਰਿਹਾ। ਦਰਅਸਲ ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਣਾ ਦਾ 5 ਏਕੜ ਦਾ ਮਾਲਕ ਕਿਸਾਨ ਮਨਜੀਤ ਸਿੰਘ ਕਾਫੀ ਕਰਜ਼ਾਈ ਹੋ ਗਿਆ ਸੀ, ਜਿਸ ਤੋਂ ਬਾਅਦ ਉਸਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਸਲਾਹ ਦੇ ਨਾਲ ਬਦਲਵੀਂ ਖੇਤੀ ਦਾ ਰਸਤਾ ਅਪਣਾਇਆ ਅਤੇ ਕੰਡਿਆਂ ਦੀ ਪਨੀਰੀ ਬੀਜਣੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਕਿਸਾਨ ਨੇ ਮੁੜ ਕੇ ਫਿਰ ਪਿੱਛੇ ਨਹੀਂ ਦੇਖਿਆ। ਅੱਜ ਇਹ ਕਿਸਾਨ 5 ਏਕੜ ਦੇ ਵਿੱਚ ਸਬਜ਼ੀਆਂ ਦੀ ਪਨੀਰੀ ਉਗਾਉਂਦਾ ਅਤੇ ਇਸਨੇ ਜਿੱਥੇ ਆਪਣਾ ਕਰਜ਼ਾ ਉਤਾਰ ਦਿੱਤਾ ਉੱਥੇ ਹੀ 25 ਲੱਖ ਦੇ ਕਰੀਬ ਸਾਲਾਨਾ ਇਸ ਨੂੰ ਕਮਾਈ ਵੀ ਹੋ ਰਹੀ ਹੈ। ਕਿਸਾਨ ਮਨਜੀਤ ਸਿੰਘ ਨੇ ਦੱਸਿਆ ਕਿ 2013-14 ਦੇ ਵਿੱਚ 7 ਲੱਖ ਰੁਪਏ ਦਾ ਕਰਜ਼ਾਈ ਸੀ, ਪਰ ਉਸਨੇ ਬਦਲਵੀਂ ਖੇਤੀ ਦਾ ਰਾਹ ਚੁਣਿਆ ਅਤੇ ਅੱਜ ਇੱਕ ਖੁਸ਼ਹਾਲ ਕਿਸਾਨ ਬਣ ਕੇ ਉੱਭਰਿਆ ਅਤੇ ਦੂਸਰਾਂ ਦੇ ਲਈ ਪ੍ਰੇਰਨਾ ਸਰੋਤ ਵੀ ਬਣਿਆ ਹੋਇਆ। ਆਓ ਸੁਣਦੇ ਹਾਂ ਕੀ ਕਹਿਣਾ ਹੈ ਕਿਸਾਨ ਮਨਜੀਤ ਸਿੰਘ ਹੋਰਾਂ ਦਾ। ਨਾਮ ਮਨਜੀਤ ਸਿੰਘ, ਪਿੰਡ ਘਰਾਂਗਣਾ ਜੀ। ਮੈਂ 5 ਏਕੜ ਦਾ ਮਾਲਕ ਹਾਂ ਜੀ, ਅਤੇ ਮੈਂ ਪਹਿਲਾਂ ਮਤਲਬ ਅਸੀਂ ਕਣਕ ਝੋਨੇ ਦੀ ਖੇਤੀ ਕਰਦੇ ਹੁੰਦੇ ਸੀ ਸਟਾਰਟਿੰਗ ਜੀ, ਅਤੇ ਉਸ ਤੋਂ ਮੈਨੂੰ ਕਣਕ ਝੋਨੇ ਸਾਨੂੰ ਬਾਹਲਾ ਜ਼ਿਆਦਾ ਮੁਨਾਫਾ ਨਹੀਂ ਲੱਗਿਆ ਜੀ, ਥੋੜ੍ਹਾ ਕਰਜ਼ਾ ਵੀ ਜ਼ਿਆਦਾ ਸੀ ਉਦੋਂ ਜੀ। ਮੈਂ ਸੋਚਿਆ ਕੋਈ ਚੰਗਾ ਕੰਮ, ਨਵਾਂ ਕੰਮ ਸਟਾਰਟ ਕੀਤਾ ਕਰਿਆ ਜਾਵੇ ਜੀ, ਅਤੇ 2013-14 'ਚ ਫਿਰ ਮੈਂ ਇੱਕ ਮਰਲੇ ਤੋਂ ਕੰਮ ਸਟਾਰਟ ਕੀਤਾ ਜੀ। ਮੈਂ ਹੱਥ ਟੈਡ ਕਰਕੇ ਮੈਥੋਂ ਕੰਮ ਸਟਾਰਟ ਮਤਲਬ ਨਹੀਂ ਹੋ ਰਿਹਾ ਸੀ, ਫਿਰ ਮੈਂ ਆਪਣੇ ਘਰ ਵਾਲੀ ਨਾਲ ਸਲਾਹ ਕੀਤੀ ਜੀ, ਫਿਰ ਉਹਦੀਆਂ ਬਾਲੀਆਂ ਅਸੀਂ ਗਹਿਣੇ ਕਰਕੇ ਇਹ ਕੰਮ ਸਟਾਰਟ ਕੀਤਾ। ਇੱਕ ਫਿਰ ਇੱਕ ਮਰਲਾ ਇਹਦਾ ਮੈਨੂੰ ਸਟਾਰਟ ਕੀਤਾ, ਮੈਨੂੰ ਮੈਂ ਥੋੜ੍ਹੀ ਪਨੀਰੀ ਲਾਈਆਂ ਜੀ ਇੱਕ ਮਰਲੇ 'ਚ, ਆਪਣਾ ਮਿਰਚ, ਬੈਂਗਣ, ਟਮਾਟਰ, ਇਹ ਮੈਨੂੰ ਚੰਗਾ ਰਿਸਪੋਂਸ ਮਿਲਿਆ ਜੀ। ਫਿਰ ਅਗਲੀ ਵਾਰ ਅਸੀਂ ਇੱਕ ਕਨਾਲ ਲਾਈ ਅਤੇ ਇਸ ਤਰ੍ਹਾਂ ਮੇਰਾ ਕੰਮ ਵੱਧਦਾ ਗਿਆ ਅਤੇ ਅੱਜ ਦੀ ਘੜੀ ਬਹੁਤ ਵਧੀਆ ਸੈਟਿੰਗ ਚੱਲ ਰਹੀ ਹੈ। ਮਨਜੀਤ ਬਾਈ, ਕਿੰਨਾ ਕੁ ਕਰਜ਼ਾ ਸੀ ਅਤੇ ਹੁਣ ਕਿੰਨਾ ਕੁ ਜਿਹੜਾ ਪਨੀਰੀਆਂ ਦੀ ਤੁਸੀਂ ਪੈਦਾਵਾਰ ਕਰਦੇ ਹੋ, ਹੁਣ ਕਿੰਨਾ ਕੁ ਮੁਨਾਫਾ ਹੁੰਦਾ ਗਾ? ਮੇਰੇ ਲਗਭਗ ਜੀ 13-14 ਦੀ ਗੱਲ ਜੀ, ਆਪਾਂ ਕਰੀਏ ਸਟਾਰਟ ਕਰੀਏ, ਉਹ 6 ਤੋਂ 7 ਲੱਖ ਰੁਪਏ ਕਰਜ਼ਾ ਸੀ ਸਾਡੇ 'ਤੇ, ਅਤੇ ਜਦੋਂ ਫਿਰ ਹੁਣ ਅੱਜ ਦੀ ਘੜੀ ਮੈਂ ਇੱਕ ਮਰਲੇ ਤੋਂ ਹੁਣ 5 ਏਕੜ ਤੱਕ ਮੇਰੇ ਕੋਲ ਪਨੀਰੀਆਂ ਦਾ, ਪਿਆਜ਼ ਦਾ ਸੀਡ ਦਾ ਕੰਮ ਲੈ ਗਿਆ ਮੈਂ, ਅਤੇ ਅੱਜ ਦੀ ਘੜੀ ਮੈਂ 4 ਤੋਂ 5 ਲੱਖ ਰੁਪਏ ਇੱਕ ਏਕੜ ਕਿੱਲੇ ਮਗਰ ਮੈਂ ਕਮਾ ਰਿਹਾ ਜੀ। ਹਾਂਜੀ, ਜੇ ਆਪਾਂ ਗੱਲ ਕਰੀਏ ਇਹਨਾਂ ਦੀ ਪੈਦਾਵਾਰ ਕਰਦੇ ਹੋ ਤੁਸੀਂ, ਉਸ ਤੋਂ ਬਾਅਦ ਸੇਲ ਕਿੱਥੇ ਕਰਦੇ ਹੋ, ਕਿੱਥੇ ਸੇਲ ਹੁੰਦਾ? ਸੇਲ ਪਹਿਲਾਂ ਥੋੜ੍ਹੀ ਦਿੱਕਤ ਆਈ ਜੀ ਮੈਨੂੰ, ਫਿਰ ਜਦੋਂ ਮੈਂ ਸਪੀਕ ਲੋਸਮੈਂਟ ਪਿੰਡਾਂ 'ਚ ਕਰਵਾਈ ਅਤੇ ਬਾਕੀ ਫਿਰ ਮੇਰਾ ਕੰਮ ਜਦੋਂ ਵੱਧਦਾ ਗਿਆ, ਫਿਰ ਮੈਨੂੰ ਕਿਸਾਨ ਮੇਲੇ ਜਿਹੜੇ ਯੂਨੀਵਰਸਿਟੀ ਵੱਲੋਂ ਲੱਗਦੇ ਆ ਜੀ, ਇਹ ਬਹੁਤ ਸਹਾਈ ਹੋਏ ਕਿ ਹੁਣ ਮੇਰੀ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਜੀ, ਸਾਰਾ ਹੁਣ ਮੇਰੇ ਗਾਹਕ ਦੂਰੋਂ ਨੇੜਿਓਂ ਸਾਰਾ ਇੱਥੋਂ ਸਾਰਾ ਸੇਲ ਖੇਤ 'ਚੋਂ ਸੇਲ ਹੁੰਦਾ ਜੀ ਮੇਰਾ, ਪਰ ਚੀਜ਼ ਦੀ ਸਾਡੀ ਪ੍ਰਾਇਓਰਟੀ ਹੈ ਜੀ, ਚੀਜ਼ 'ਚ ਕੋਈ ਲਾਂਭਾ ਨਹੀਂ। ਕਿੰਨੀ ਕੁ ਮਿਹਨਤ ਲੱਗ ਜਾਂਦੀ ਇੱਕ ਏਕੜ ਦੇ ਵਿੱਚ ਕਮਾਈ? ਤੁਸੀਂ ਦੱਸ ਰਹੇ ਹੋ 5 ਲੱਖ ਹੋ ਜਾਂਦੀ ਹੈ, ਮਿਹਨਤ ਕਿੰਨੀ? ਮਿਹਨਤ ਬਹੁਤ ਜ਼ਿਆਦਾ ਜੀ, ਅਸੀਂ 8 ਤੋਂ 10 ਘੰਟੇ ਖੇਤ ਰਹਿੰਦੇ ਹਾਂ ਜੀ ਸਰ, ਅਸੀਂ ਮੈਂ ਹਾਂ, ਮੇਰੀ ਫੈਮਿਲੀ ਵੀ ਮੇਰੇ ਨਾਲ ਹੁੰਦੀ ਹੈ ਜੀ, ਚਾਰ ਜਣ ਲੇਡੀਜ਼, ਇੱਕ ਦੋ ਲੇਡੀ ਬੰਦੇ ਰੱਖੇ ਹੋਏ ਜੀ ਮੇਰੇ ਕੋਲ, ਪੰਜ ਸੱਤ ਬੰਦਿਆਂ ਦਾ ਰੁਜ਼ਗਾਰ ਵੀ ਸਾਡੇ ਨਾਲ ਚੱਲ ਰਿਹਾ ਜੀ। ਅੱਛਾ, ਤੁਸੀਂ ਖੇਤ ਦੇ ਵਿੱਚ ਕਿਹੜੀਆਂ ਕਿਹੜੀਆਂ ਜਿਹੜੀਆਂ ਹੁਣ ਪੈਦਾਵਾਰ ਕਰਦੇ ਹੋ, ਪਨੀਰੀ ਆ ਜਿਹੜੀ, ਕਿਹੜੀਆਂ ਕਿਹੜੀਆਂ ਸਬਜ਼ੀਆਂ ਦੀ ਲਗਾਉਂਦੇ ਹੋ? ਸਬਜ਼ੀਆਂ ਦੀ ਪਨੀਰੀ ਸਾਰੀ ਹੋ ਗਈ ਜੀ, ਮਿਰਚ, ਬੈਂਗਣ, ਟਮਾਟਰ, ਬੇਲਾਂ, ਬੇਲਦਾਰ ਸਬਜ਼ੀਆਂ, ਅਤੇ ਬਾਕੀ ਕੁਛ ਪਿਆਜ਼ ਦਾ ਸੀਡ ਹੋ ਗਿਆ ਜੀ। ਹਾਂਜੀ, ਅੱਛਾ, ਤੁਸੀਂ ਦੱਸ ਰਹੇ ਹੋ ਵੀ ਵਧੀਆ ਪੈਦਾਵਾਰ ਵੀ ਕਰ ਰਹੇ ਹੋ, ਤਾਂ ਇਸ ਦੇ ਲਈ ਤੁਹਾਨੂੰ ਕਦੇ ਕਿਸੇ ਜਿਵੇਂ ਕਿਸਾਨ ਮੇਲੇ ਅਟੈਂਡ ਕਰਦੇ ਹੋ, ਕਿਸੇ ਸਨਮਾਨ ਵਗੈਰਾ? ਸਨਮਾਨ ਤਾਂ ਬਹੁਤ ਰਿਸਪੋਂਸ ਮਿਲਿਆ ਜੀ ਯੂਨੀਵਰਸਿਟੀ ਵੱਲੋਂ, ਕੇ ਵੀ ਕੇਂਦਰਾਂ ਵੱਲੋਂ ਜੀ, ਯੂਨੀਵਰਸਿਟੀ ਲੁਧਿਆਣਾ ਵੱਲੋਂ ਆਪਣਾ ਸੀ ਐੱਮ ਸਾਹਿਬ ਨੇ ਸਰਦਾਰ ਉਜਾਗਰ ਸਿੰਘ ਧਾਲੀਵਾਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਜੀ। ਬਾਕੀ ਪਿਆਜ਼ ਦਾ ਸੀ ਜਿਹੜਾ ਆਪਣਾ ਪਿਆਜ਼ ਦਾ ਸੀਡ ਆ, ਪਿਆਜ਼ ਆ, ਪੰਜਾਬ ਯੂਨੀਵਰਸਿਟੀ ਲੁਧਿਆਣਾ ਅਤੇ ਹਿਸਾਰ ਯੂਨੀਵਰਸਿਟੀ ਹਰਿਆਣੇ ਵੱਲੋਂ ਫਸਟ ਪ੍ਰਾਈਜ਼ ਮਿਲਿਆ ਹੋਇਆ ਜੀ। ਜਿਵੇਂ ਤੁਸੀਂ ਦੱਸ ਰਹੇ ਸੀ ਕਣਕ ਝੋਨੇ ਦੇ
ਚੱਕਰ 'ਚ ਫਸੇ ਹੋਏ ਸੀ ਅਤੇ ਕਰਜ਼ਾ ਵੀ ਵੱਧ ਰਿਹਾ ਸੀ, ਕਿਹਨੇ ਪ੍ਰੇਰਿਤ ਕਰਿਆ ਵੀ ਆ ਇਸ ਤਰ੍ਹਾਂ ਦੀਆਂ ਪਨੀਰੀਆਂ ਸ਼ੁਰੂ ਕਰੋ ਲਾਉਣੀਆਂ? ਇਹ ਜਦੋਂ ਕਿਸਾਨ ਮੇਲਿਆਂ ਤੋਂ ਪ੍ਰਭਾਵਿਤ ਹੋ ਕੇ ਜਿਸ ਮੈਨੂੰ ਲੱਗਿਆ, ਜੇ ਮੈਂ ਕਿਸਾਨ ਮੇਲੇ ਦੇਖਣ ਜਾਂਦੀ ਸੀ ਪਹਿਲਾਂ ਸ਼ੌਂਕ ਸੀ ਜੀ, ਉਹ ਸਟਾਲ ਲੱਗੀਆਂ ਸਾਨੂੰ ਮੈਂ ਦੇਖ ਕੇ ਉਹ ਚੀਜ਼ਾਂ ਪ੍ਰਭਾਵਿਤ ਹੋ ਗਿਆ, ਮੈਂ ਵੀ ਸੋਚਿਆ ਮੈਂ ਆਪਣੀ ਕਿਉਂ ਸਟਾਲ ਹੋਵੇ ਕਿਸਾਨ ਮੇਲੇ 'ਤੇ, ਉਹ ਚੀਜ਼ਾਂ ਪ੍ਰਭਾਵਿਤ ਹੋ ਕੇ ਅਤੇ ਨਰਸਿੰਗ ਵਿਜ਼ਿਟ ਕਰਕੇ ਉਹ ਚੀਜ਼ ਪ੍ਰਭਾਵਿਤ ਹੋ ਕੇ ਮੈਂ ਇਹ ਕੰਮ ਸਟਾਰਟ ਕੀਤਾ ਜੀ। ਠੀਕ ਹੈ।